ਇੰਟਰਨੈਸ਼ਨਲ ਪੌਪ ਸਿੰਗਰ ਜਸਟਿਨ ਬੀਬਰ ਇਨੀ ਦਿਨੀ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਨੇ। ਦੱਸ ਦਈਏ ਕਿ ਗਾਇਕ ਦੇ ਘਰ ਨੰਨਾ ਮਹਿਮਾਨ ਆਇਆ ਹੈ, ਜਿਸ ਤੋਂ ਬਾਅਦ ਗਾਇਕ ਨੂੰ ਲਗਾਤਾਰ ਮੁਬਾਰਕਾਂ ਮਿਲ ਰਹੀਆਂ ਨੇ। ਦਰਅਸਲ ਜਸਟਿਨ ਦੀ ਪਤਨੀ ਹੈਲੀ ਬੀਬਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਸਟਿਨ ਨੇ ਪਤਨੀ ਹੈਲੀ ਬੀਬਰ ਦੇ ਨਾਲ ਮਿਲ ਕੇ ਵਿਆਹ ਦੇ 6 ਸਾਲ ਬਾਅਦ ਬੇਟੇ ਦਾ ਸਵਾਗਤ ਕੀਤਾ ਹੈ। ਜਸਟਿਨ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਬੱਚੇ ਦੀ ਪਹਿਲੀ ਝਲਕ ਵੀ ਦਿਖਾਈ ਅਤੇ ਉਸਦਾ ਨਾਂ ਵੀ ਦੱਸਿਆ ਹੈ। ਜਸਟਿਨ ਬੀਬਰ ਅਤੇ ਉਹਨਾਂ ਦੀ ਪਤਨੀ ਦੁਆਰਾ ਸ਼ੇਅਰ ਕੀਤੀ ਗਈ ਪੋਸਟ ਦੇ ਵਿੱਚ ਉਹਨਾਂ ਦੇ ਬੱਚੇ ਦੇ ਪੈਰ ਨਜ਼ਰ ਆ ਰਹੇ ਨੇ, ਜਿਸ ਨੂੰ ਮਾਂ ਹੈਲੀ ਨੇ ਫੜਿਆ ਹੋਇਆ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ, ਵੈਲਕਮ ਹੋਮ ਜੈਕ ਬਲੂਜ਼ ਬੀਬਰ। ਇਸ ਖੁਸ਼ਖਬਰੀ ਨੂੰ ਸੁਣਨ ਤੋਂ ਬਾਅਦ ਫੈਨਸ ਤੋਂ ਲੈ ਕੇ ਸੈਲੈਬਸ ਤੱਕ ਹਰ ਕੋਈ ਜਸਟਿਨ ਅਤੇ ਹੈਲੀ ਨੂੰ ਮੁਬਾਰਕਾਂ ਦੇ ਰਿਹਾ ਹੈ। ਜਿੱਥੇ ਇੱਕ ਫੈਨ ਨੇ ਲਿਖਿਆ, ਤੁਸੀਂ ਸ਼ਾਨਦਾਰ ਮਾਪੇ ਬਣੋਗੇ, ਉੱਥੇ ਹੀ ਦੂਸਰੇ ਨੇ ਲਿਖਿਆ, ਰੱਬ ਉਸ ਛੋਟੇ ਮਹਿਮਾਨ ਨੂੰ ਆਸ਼ੀਰਵਾਦ ਦੇਵੇ। ਦੱਸ ਦਈਏ ਕਿ ਜੋੜੇ ਨੇ ਮਈ 2024 ਦੇ ਵਿੱਚ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕਰਕੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।